सारे टूटे हुए दे देते। अस्सलाम वालेकुम, मैं हाजी हसनैन अहमद शाह, तू सवेदे पर साडा देसी टूर डेली विलॉग ते आज दे जेड़ा विलॉग ए तुहानू वी कहंदे पया भाई ए पिछे साडे खलोता है थोड़िया दाएं ते पूरी हार्वेस्टिंग होंदी पई है। हार्वेस्टर साडी आ गई है ते साडे महाराजा साहिब भी आ रहे हैं। मार जी चलो जी चलो जी चलो चलो जी उस्ताद होरी काफ़ी इंतजार करने बाद रोकया सदा आख्या भाई जड़ा ने जी कुचा अच्छा हो जाए उस तो बाद चढ़ो, लेकिन उस्ताद होर बड़ा काम है वो आदन जी असा जामना है इंजे ने जी बड़ा जरूरी काम है। अच्छा बिना कोई वेद पे ने पांदे शांदे फस फसा कर गई थोड़ी जी मशीन है। देखो जी हार्वेस्टर आ गई कटिंग होती पे जी थोड़े सामने बाद हो इतना सफर करके जो मजदूरी टुरदे हो तो आखिर मुश्किलात का सामना करना पड़ता है रिहायश का मेंटेन कर ਬਾਲ ਦਫਾ ਇਸ ਤਰ੍ਹਾਂ ਹੁੰਦਾ ਕਿ ਜਿਹੜੇ ਨੇ ਨਾ ਸਾਡੇ ਜੈਂਟਲ ਹਾਂਜੀ ਰੈਸ਼ ਉਹਨਾਂ ਪ੍ਰੋਵਾਈਡ ਕਰਨੀ ਹੁੰਦੀ ਹੈ। ਠੀਕ ਹੈ ਜੀ। ਜਾਂ ਫਿਰ ਜਿਹੜਾ ਜ਼ਿਮੀਦਾਰ ਹੁੰਦਾ ਉਹਨਾਂ ਪ੍ਰੋਵਾਈਡ ਉਹਨਾਂ ਪ੍ਰੋਵਾਈਡ ਜਿੱਥੇ ਰਾਤ ਸਾਨੂੰ ਸਟੇ ਕਰਨਾ ਪੈ ਜੇ ਉਹ ਸਮਝ ਲਓ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਨੂੰ ਰੈਸ਼ ਦੇਣਾ। ਠੀਕ ਹੈ। ਉਹਦੇ ਵਿੱਚ ਤੁਹਾਡੀ ਹਿਫਾਜ਼ਤ ਗੱਡੀ ਦੀ ਹਿਫਾਜ਼ਤ ਸਭ ਟੋਟਲ ਹਿਫਾਜ਼ਤ। ਠੀਕ ਹੈ। ਮਾਸ਼ਾਅੱਲਾ ਕਾਫੀ ਅੱਛੇ ਲੋਕ ਵੀ ਨੇ ਅੱਛੇ ਬੰਦਿਆਂ ਨਾਲ ਵੀ ਪਾਲਾ ਪੈਂਦਾ ਪਿਆ ਭੈੜੇ ਬੰਦਿਆਂ ਨਾਲ ਵੀ ਸੋ ਪੈਂਦਾ। ਆਖਿਰ ਤੁਸੀਂ ਸਾਡੇ ਜ਼ਿਲ੍ਹਾ ਝਾਂਗ ਦੇ ਵਿੱਚ ਜਿਹੜਾ ਨਾ ਹੋ ਆਖਿਰ ਤੁਹਾਨੂੰ ਇੱਥੇ ਤਰ੍ਹਾਂ ਤਰ੍ਹਾਂ ਦੇ ਬੰਦੇ ਤੁਸੀਂ ਸਾਨੂੰ ਇਹ ਤਾਂ ਦੱਸ ਸਕਦੇ ਹੋ ਬਈ ਇੱਥੋਂ ਦੀ ਕੀ ਕੰਡੀਸ਼ਨ ਤੁਹਾਨੂੰ ਮਹਿਸੂਸ ਹੁੰਦੀ ਹੈ ਬਈ ਸਾਡੇ ਇਲਾਕੇ ਦੇ ਬੰਦੇ ਕਿਸ ਤਰ੍ਹਾਂ ਦੇ ਨੇ। ਜ਼ਿਆਦਾਤਰ ਤਾਂ ਮਾਸ਼ਾਅੱਲਾ ਸਾਡੀ ਹਜੇ ਤੱਕ ਜਿਨ੍ਹਾਂ ਨਾਲ ਮੁਲਾਕਾਤ ਹੋਈ ਉਹ ਬੰਦੇ ਸਾਰੇ ਅੱਛੇ ਸਨ। ਮਾਸ਼ਾਅੱਲਾ। ਉਹ ਕਹਿੰਦੇ ਨਾ ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ, ਅੱਛੇ ਲੋਕ ਵੀ ਨੇ ਬੁਰੇ ਲੋਕ ਵੀ ਨੇ ਸਾਰੇ ਪਾਏ ਜਾਂਦੇ ਨੇ। ਆਵੇ ਕੌਣ ਏਡੀ ਏਡੀ ਦੂਰੋਂ ਸਪੇਅਰ ਪਾਰਟ ਲਿਆ ਕੇ ਕੰਮ ਚਲਾ ਰਹੇ ਹਾਂ। ਅੱਛਾ ਜੀ। ਇਹ ਬੰਦਾ ਸਾਡਾ ਆਇਆ ਜਿਹੜੇ ਨਾਲ ਅਸੀਂ ਚੱਲ ਰਹੇ ਹਾਂ। ਇਹ ਗੱਡੀ ਦਾ ਕਿਹੜੀ ਚੀਜ਼ ਦਾ ਬੈਲਟ ਹੈ? ਇਹ ਬੈਲਟ ਆ। ਇਹ ਕੀ ਮਸਲਾ ਕੀ ਹੋਇਆ ਗੱਡੀ ਨੂੰ? ਨਹੀਂ ਹਾਲੀ ਮਸਲਾ ਤਾਂ ਕੋਈ ਨਹੀਂ, ਜ਼ਰਾ ਕੋ ਮੱਠਾ ਨਹੀਂ ਸਪੇਅਰ ਮਕਸਦ ਹੈ ਕਿ ਸਪੇਅਰ ਐਕਸਟਰਾ ਲਿਆ ਕੇ ਰੱਖਿਆ। ਅੱਛਾ ਨਹੀਂ ਠੀਕ ਹੈ। ਸੀਲਾਂ ਆਈਆਂ ਨੇ। ਠੀਕ ਹੋ ਗਿਆ। ਹਰ ਚੀਜ਼ ਐਕਸਟਰਾ ਰੱਖੀ ਦੀ ਨਾ ਜਿਸ ਲਈ ਮਸਲਾ ਮਸਾਇਲ ਬਣੇ ਉਸ ਟਾਈਮ। ਵੈਸੇ ਤਾਂ ਇੱਥੇ ਸਪੇਅਰ ਪਾਰਟ ਮਿਲ ਵੈਂਦਾ ਹੈ ਇਸ ਗੱਡੀ ਦਾ? ਮਿਲਦਾ ਪਰ ਦੂਰ ਦੂਰ ਜਾ ਕੇ ਡਰਾਈਵਰ ਦੇ ਨਾਲ ਮੁਲਾਕਾਤ ਵੀ ਕਰਵਾਈਏ। ਇੱਥੋਂ ਜਿਹਾ ਖਾਕਾ ਉੱਡਦਾ ਪਿਆ ਸੀ ਜਿਹਦੀ ਵਜ੍ਹਾ ਤੋਂ ਮੈਂ ਜਿਹੜਾ ਨੇ ਜੀ ਮਾਸਕ ਲਾਇਆ। ਮਾਸਕ ਲਾਉਣ ਤੋਂ ਬਾਅਦ ਇਹ ਹੁਣ ਉਸਤਾਦ ਹੋਰੀ ਚੱਲੇ ਨੇ ਉੱਥੇ ਕੋਈ ਮਸਲਾ ਫਿਰ ਆਇਆ ਹਾਰਵੈਸਟਰ ਦੇ ਵਿੱਚ। ਫਿਰ ਵੀ ਤੁਹਾਨੂੰ ਦਿਖਾਵਾਂਗੇ ਕਿ ਉਹਦੇ ਵਿੱਚ ਕੀ ਮਸਲਾ ਹੈ। ਇਹ ਦੇਖਦੇ ਪਏ ਜੀ ਉਸਤਾਦ ਉਹਨੂੰ ਬੜੀ ਮਿਹਨਤ ਨਾਲ ਚਾਹ ਪਿਲਾਉਣ ਲੱਗਿਆ। ਉਸਤਾਦ ਉਹ ਤਾਂ ਚਾਹ ਪੀਂਦੇ ਨਹੀਂ ਸੀ, ਕਹਿੰਦੇ ਅਸੀਂ ਬੋਤਲਾਂ ਪੀਂਦੇ ਆ, ਬੋਤਲਾਂ ਤੋਂ ਇਲਾਵਾ ਥੋੜ੍ਹਾ ਕੰਮ ਨਹੀਂ ਚੱਲਦਾ। ਇਹ ਦੁਕਾਨਦਾਰ ਨੇ ਸਾਡੇ ਨਾਲ ਥੋੜ੍ਹੇ ਜਿਹਾ ਜ਼ੁਲਮ ਕੀਤਾ ਜੇ ਕਿ ਬਿਸਕਟ ਉਹਨੇ ਸਾਰੇ ਟੁੱਟੇ ਹੋਏ ਦੇ ਦਿੱਤੇ ਸਾਨੂੰ। ਹਾਂ ਬਲਕਿ ਬਿਸਕਟ ਉਹਨੇ ਸਾਨੂੰ ਭਾ ਹੀ ਦਿੱਤੇ ਨੇ। ਵੇ ਤਾਂ ਭਾਅ ਜੀ ਬਈ ਇਹ ਤੁਹਾਡੀ ਮਸ਼ੀਨ ਜਿਹੜਾ ਨਾ ਦਾਨ ਕੱਢੀ ਦੀ ਪਈ ਹੈ ਅਤੇ ਤੁਹਾਨੂੰ ਚੜ੍ਹ ਕੇ ਉੱਤੇ ਮਸ਼ੀਨ 'ਤੇ ਵੀ ਖਾਣੀ ਹੈ।
ਅੱਜ ਸੁਣਾਇਓ ਗੱਡੀ ਪਾਵਰ ਸਟੀਅਰਿੰਗ ਆ ਜਾਂ ਪਾਵਰ ਬਿਲਕੁਲ ਪਾਵਰ ਸਟੀਅਰਿੰਗ ਚਲਾਉਣੀ ਤੰਗੀ ਵੈਰੀ ਗੁੱਡ ਸਰ ਜੀ ਇਹ ਬਰੋਮੀਟਰ ਕਿਹੜੀ ਚੀਜ਼ ਦੇ ਰਹੇ ਹੋ ਸਰ ਜੀ ਹਾਂ ਜੀ बाकी सारे लीवर गेयर लीवर होगा ये चलाया उदा ही जिदा फीए ट्रैक्टर चलता गेयर किन्ने हैगे गेयर किन्ने हैगे नहीं फारवर्ड चलने वैसे फारवर्ड चलने कटाई तो इलावा गेयर पांच गेयरी गड्डी जिदा कहते चार गेयरी गड्डी कहते अच्छा त्रै फारवर्ड ने चलो जी उसा जी अल्लाह तुहानू खुश रखे अल्लाह तुहानू खुश रखे दरवाजा बंद कर लो तुसी भावें पोत्र दे पैं जी अच्छा।